हेलो दोस्तों, नमस्कार, आदाब, सत श्रीकाल, राम राम। मैं हाँ तुहाड़ा दोस्त अते होस्ट सुरेंद्र बबली ते तुहाड़ा सारा दा स्वागत है तुहाड़े मनपसंद चैनल खबरी लाल दी। अच्छा, प्रोग्राम दा नाम है, चलो छड्डो नाम से की रखिया, नाम गुम जाएगा चेहरा भी बदल जाएगा, मेरी आवाज ही मेरी पहचान है। अच्छा, अज दा मुद्दा की है? अज दे एक्चुअली दो मुद्दे है, एक्चुअली दो मुद्दे ना हो के भी एक है, क्योंकि ये सारे एक मिक है, इन्हां सारयां दी इक्को जी दिख है, इन्हां विच कदे ना पैंदा फिक है। ਤੇ ਭਗਵੰਤ ਮਾਨ ਸਾਹਿਬ ਇੱਕ ਨਵਾਂ ਵਰਡ ਯੂਜ਼ ਕਰਦੇ ਆ ਅੱਜ ਕੱਲ੍ਹ, ਵੀ ਇਹ ਸਾਰੇ ਦਿਮਾਗੀ ਸਿੱਖ ਹੈ। ਠੀਕ ਹੈ ਜੀ। ਅੱਛਾ, ਆਪਾਂ ਕਿਹੜੇ ਮੁੱਦੇ ਦੀ ਗੱਲ ਕਰ ਰਹੇ ਹਾਂ? ਮੁੱਦਾ ਹੈ ਗੋਸਟ ਐਮਪਲੋਈਜ਼। ਭੂਤ, ਹਾਂ ਭੂਤ, ਗੋਸਟ ਯਾਨੀ ਭੂਤ। ਇਹ ਜਿਹੜੀ ਪ੍ਰਜਾਤੀ ਹੈ ਇਹ ਪਾਈ ਜਾਂਦੀ ਹੈ ਯੂਨੀਵਰਸਿਟੀ ਦੇ ਵਿੱਚ, ਵੱਡੀਆਂ ਵੱਡੀਆਂ ਯੂਨੀਵਰਸਿਟੀਜ਼ ਦੇ ਵਿੱਚ, ਸਰਕਾਰੀ ਯੂਨੀਵਰਸਿਟੀ ਦੇ ਵਿੱਚ, ਤੇ ਜ਼ਿਆਦਾਤਰ ਪੰਜਾਬੀ ਯੂਨੀਵਰਸਿਟੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਇੱਥੇ ਇਹ ਜ਼ਿਆਦਾ ਪਾਈਆਂ ਜਾਂਦੀਆਂ। ਅੱਛਾ, ਹੁਣ ਕਿਉਂ ਫੜੇ ਜਾ ਰਹੇ ਆ ਇਹ? ਪਹਿਲਾਂ ਵੀ ਹੁੰਦੀਆਂ, ਇਹ ਹੈਗੇ ਸ਼ੁਰੂ ਤੋਂ ਹੀ ਹੈ, ਪਰ ਪਹਿਲਾਂ ਫੜੇ ਨਹੀਂ ਜਾਂਦੇ ਸੀ, ਕਿਉਂਕਿ ਕਿਸੇ ਨਾ ਕਿਸੇ ਵੱਡੇ ਲੀਡਰ ਦੇ ਮੁੰਡਾ ਜਾਂ ਕੁੜੀ ਜਾਂ ਉਹਨਾਂ ਦਾ ਕੋਈ ਜਮਾਈ ਜਾਂ ਕੋਈ ਨੇੜੇ ਜਾਂ ਦੂਰ ਦਾ ਰਿਸ਼ਤੇਦਾਰ ਇਹਨਾਂ ਯੂਨੀਵਰਸਿਟੀ ਦੇ ਵਿੱਚ ਕੰਮ ਕਰ ਰਹੇ ਸੀ ਜਾਂ ਹੋਰ ਵੀ ਜਿਹੜੇ ਹੈਗੇ ਆ ਮਹਿਕਮਿਆਂ ਦੇ ਵਿੱਚ ਕੰਮ ਕਰ ਰਹੇ ਸੀ। ਪਰ ਹੁਣ ਕੀ ਹੈ, ਹੁਣ ਬਿਜ਼ਨਸ ਨੇ ਜਿਹੜੀਆਂ ਹੈਗੀਆਂ ਉਹ ਐਨਕਾਂ ਬਦਲ ਲਈਆਂ, ਮਿਸਟਰ ਇੰਡੀਆ ਵਾਲੀਆਂ ਐਨਕਾਂ ਲੈ ਲਈਆਂ ਉਹਨਾਂ ਨੇ। ਹੁਣ ਉਹਨਾਂ ਨੂੰ ਉਹ ਇੰਪਲੋਈਜ਼ ਹੀ ਦਿੰਦੇ ਆ, ਇਕੱਲੇ ਉਹ ਗੋਸਟ ਇੰਪਲੋਈਜ਼ ਹੀ ਦਿੰਦੇ ਆ। ਤੁਸੀਂ ਕਹੋਗੇ ਵੀ ਐਨਕਾਂ ਨਾ ਪਹਿਲਾਂ ਵੀ ਹੁੰਦੀਆਂ ਹੋਣੀਆਂ। ਹਾਂ ਸੀਗੀਆਂ, ਪਰ ਪਹਿਲਾਂ ਉਹਨਾਂ ਦੇ ਵਿੱਚ ਜਿਵੇਂ ਇੱਕ ਸ਼ੀਸ਼ੇ ਦੇ ਉੱਤੇ ਬਾਦਲ ਦੀ ਫੋਟੋ ਲੱਗੀ ਹੁੰਦੀ ਸੀ, ਇੱਕ ਸ਼ੀਸ਼ੇ ਦੇ ਉੱਤੇ ਕੈਪਟਨ ਸਾਹਿਬ ਦੀ ਫੋਟੋ ਲੱਗੀ ਹੁੰਦੀ ਸੀਗੀ, ਪਰ ਹੁਣ ਜਿਹੜੀਆਂ ਐਨਕਾਂ ਦੇ ਉੱਤੇ ਕਿਸੇ ਦੀ ਫੋਟੋ ਨਹੀਂ। ਹੁਣ ਵਿਜੀਲੈਂਸ ਨੇ ਅਪਗ੍ਰੇਡ ਐਨਕਾਂ ਮੰਗਾਈਆਂ ਹੈਗੀਆਂ, ਸਮਝ ਗਏ ਨਾ, ਅਪਗ੍ਰੇਡ ਐਨਕਾਂ। ਬਿਲਕੁਲ, ਹੁਣ ਉਹਨਾਂ ਇਹਨਾਂ ਯੂਨੀਵਰਸਿਟੀਜ਼ ਦੇ ਵਿੱਚ ਬਹੁਤ ਸਾਰੇ ਇੰਪਲੋਈਜ਼ ਇਹੋ ਜਿਹੇ ਲੱਭੇ ਜਾ ਰਹੇ ਆ, ਇਹੋ ਜਿਹੇ ਪਾਏ ਜਾ ਰਹੇ ਆ, ਤੇ ਵਿਜੀਲੈਂਸ ਵਾਲੇ ਛਾਪੇ ਮਾਰ ਰਹੇ ਆ ਤੇ ਉਹ ਫੜੇ ਜਾ ਰਹੇ ਆ। ਅੱਛਾ, ਇਹ ਜਿਹੜੇ ਗੋਸਟ ਇੰਪਲੋਈਜ਼ ਹੁੰਦੇ ਆ ਇਹਨਾਂ ਨੂੰ ਸਹੂਲਤਾਂ ਸਾਰੀਆਂ ਮਿਲਦੀਆਂ, ਕੋਠੀ ਵੀ ਮਿਲਦੀ ਹੈ, ਗੱਡੀ ਵੀ ਮਿਲਦੀ ਹੈ, ਘੁੰਮਣ ਫਿਰਨ ਵਾਸਤੇ ਟੂਰਸ ਪੈਕੇਜ ਵੀ ਮਿਲਦੇ ਆ, ਪਰ ਇਹਨਾਂ ਦਾ ਨਾਮੋ ਨਿਸ਼ਾਨ ਨਹੀਂ ਹੁੰਦਾ ਉਹਨਾਂ ਮਹਿਕਮਿਆਂ ਦੇ ਵਿੱਚ, ਸੀਟ ਵੀ ਨਹੀਂ ਹੁੰਦੀ, ਤੇ ਉਹਨਾਂ ਸੀਟਾਂ ਦੇ ਕੰਮ ਤਾਂ ਹੋਣਾ ਕੀ ਆ, ਪਰ ਇਹਨਾਂ ਨੂੰ ਤਨਖਾਹਾਂ ਮੋਟੀਆਂ ਮਿਲਦੀਆਂ, ਕਿਉਂਕਿ ਇਹ ਕਿਸੇ ਨਾ ਕਿਸੇ ਲੀਡਰ ਦੇ ਰਿਸ਼ਤੇਦਾਰ ਹੁੰਦੇ ਆ, ਸਮਝ ਗਏ ਨਾ, ਕਿਵੇਂ ਨਾ ਕਿਵੇਂ ਜੇ ਰਿਸ਼ਤੇਦਾਰ ਨਹੀਂ ਜਾਂ ਨੇੜੇ ਤੇ ਉਹ ਕਿਸੇ ਸਿਫਾਰਸ਼ੀ ਦੇ ਹੁੰਦੇ ਆ, ਉਹ ਕਿਵੇਂ ਨਾ ਕਿਵੇਂ ਕੋਈ 10, 50, 20 ਦੇ ਕੇ ਹੇਠਾਂ ਉੱਤੇ ਕਰ ਕੁਰ ਕੇ ਉਹ ਲੱਗੇ ਹੁੰਦੇ ਆ, ਪਰ ਹੁੰਦੇ ਉਹ ਗੋਸਟ ਇੰਪਲੋਈਜ਼ ਆ। ਮਤਲਬ ਗੋਸਟ ਇੰਪਲੋਈਜ਼ ਉਹ ਇੰਪਲੋਈਜ਼ ਜਿਨ੍ਹਾਂ ਦਾ ਨਾਮ ਵੀ ਉੱਥੇ ਹੁੰਦਾ, ਜਿਨ੍ਹਾਂ ਨੂੰ ਸਹੂਲਤਾਂ ਵੀ ਸਾਰੀਆਂ ਮਿਲਦੀਆਂ, ਜਿਨ੍ਹਾਂ ਨੂੰ ਤਨਖਾਹਾਂ ਵੀ ਮੋਟੀਆਂ ਮੋਟੀਆਂ ਮਿਲਦੀਆਂ, ਪਰ ਕੰਮ ਉਹਨਾਂ ਦਾ ਕੋਈ ਨਹੀਂ ਹੁੰਦਾ, ਜਾਣਦਾ ਉਹਨਾਂ ਨੂੰ ਉਸ ਮਹਿਕਮੇ 'ਚ ਕੋਈ ਨਹੀਂ ਹੁੰਦਾ ਵੀ ਇਹ ਹੈ ਵੀ ਕਿ ਨਹੀਂ, ਕਿਉਂਕਿ ਉਹ ਦਿਖਦੇ ਨਹੀਂ ਨਾ ਹੁੰਦੇ, ਇਸੇ ਕਰਕੇ ਉਹਨਾਂ ਨੂੰ ਕਿਹਾ ਜਾਂਦਾ ਹੈ ਗੋਸਟ ਐਮਪਲੋਈਜ਼। ਉਹ ਸਾਰੇ ਚੱਕੇ ਜਾਣਗੇ। ਅੱਛਾ, ਉਸ ਤੋਂ ਬਾਅਦ ਜਿਹੜਾ ਮੇਰਾ ਦੂਜਾ ਮੁੱਦਾ ਹੈਗਾ ਉਹ ਹੈਗਾ ਮਿਰਚਾਂ, ਮਿੱਠੀਆਂ ਮਿਰਚਾਂ, ਕੌੜੀਆਂ ਮਿਰਚਾਂ, ਜਿਵੇਂ ਅੱਜ ਕੱਲ੍ਹ ਚੱਲ ਰਿਹਾ ਹੈ। ਪਹਿਲਾਂ ਕਾਂਗਰਸ ਪਾਰਟੀ ਤੋਂ ਆਪਣੇ ਸਾਧੂ ਸਿੰਘ ਧਰਮਸੋਜੀ ਹੋਣੇ, ਤੇ ਕੱਲ੍ਹ ਦੇ ਇੱਕ ਨਵੀਂ ਖਬਰ ਆਸ਼ੂ ਜੀ ਮਹਾਰਾਜ ਯਾਨੀ ਭਾਰਤ ਭੂਸ਼ਣ ਆਸ਼ੂ ਜੀ, ਹੈ ਨਾ। ਅੱਛਾ, ਆ ਹੁਣ ਵਾਲੀ ਸਰਕਾਰ ਨੇ ਇੱਕ ਕੰਮ ਬੜਾ ਵਧੀਆ ਕੀਤਾ, ਉਹ ਕਹਿੰਦੇ ਵੀ ਤੁਸੀਂ ਕਟਿੰਗ ਕਰਾਉਣ ਜਾਓ, ਦਾੜੀ ਸੈੱਟ ਕਰਾਓ, ਵਾਲਾਂ ਦੀ ਕਟਿੰਗ ਕਰਾਓ, ਤੇ ਜਿਵੇਂ ਆਮ ਆਪਾਂ ਘਰੇ ਆ ਕੇ ਨਹਾਉਂਦੇ ਹੁੰਦੇ ਹਾਂ, ਹੈ ਨਾ, ਵਾਲ ਵੂਲ ਜੇ ਲੈ ਜਾਂਦੇ ਆ। ਹੁਣ ਜਿਹੜੀ ਆ ਸਰਕਾਰ ਹੈਗੀ, ਨਵੀਂ ਸਰਕਾਰ ਆ, ਇਹ ਕਹਿੰਦੇ ਵੀ ਤੁਸੀਂ ਕਟਿੰਗ ਜਿੱਥੇ ਮਰਜ਼ੀ ਕਰਾਓ, ਦਾੜੀ ਜਿੱਥੇ ਮਰਜ਼ੀ ਸੈੱਟ ਕਰਾਓ, ਪਰ ਨਵਾਵਾਂਗੇ ਤੁਹਾਨੂੰ ਅਸੀਂ, ਉੱਥੋਂ ਹੀ ਚੱਕ ਲੈਂਦੇ ਆ ਪਤੰਦਰ, ਤੇ ਜਿਹੜੇ ਉਹਨਾਂ ਦੇ ਨਾਲ ਹੁੰਦੇ ਆ, ਦੇਖੀ ਹੋਣੀ ਤੁਸੀਂ ਕੱਲ੍ਹ ਜਿਹੜੇ ਬਾਹਲਾ ਰੌਲਾ ਪਾਉਂਦੇ ਸੀ, ਉਹ ਇਸ ਕਰਕੇ ਨਹੀਂ ਨਾਲ ਹੁੰਦੇ ਵੀ ਅਸੀਂ ਤੈਨੂੰ ਬਚਾ ਲਾਂਗੇ ਜਾਂ ਸਾਡੇ ਹੁੰਦੇ ਤੈਨੂੰ ਕੋਈ ਹੱਥ ਨਹੀਂ ਲਾ ਸਕਦਾ, ਉਹ ਇਸ ਕਰਕੇ ਹੁੰਦੇ ਆ ਭਾਈ ਵੀ ਜੇ ਤੂੰ ਅੰਦਰ ਜਾ ਵੜਿਆ ਤਾਂ ਤੈਨੂੰ ਅਸੀਂ ਕਿਸੇ ਨਾ ਕਿਸੇ ਕਰਕੇ ਕੋਈ ਰੱਖ ਰਖਾ ਕਰਾਂਗੇ, ਪਰ ਸਾਡਾ ਨਾਂ ਨਾ ਲੈ ਦੀ, ਉਹ ਇਸ ਕਰਕੇ ਨਾਲ ਹੁੰਦੇ ਆ। ਪਰ ਵਾਰੀ ਸਭ ਦੀ ਆਉਣੀ ਹੈ ਹੌਲੀ ਹੌਲੀ, ਕਿਸੇ ਦੀ ਦੇਰ ਸਵੇਰ ਆਉਣੀ ਹੈ, ਕਹਿੰਦੇ ਹੁੰਦੇ ਨਾ ਵੀ ਪਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ, ਉਹ ਇਸੇ ਤਰ੍ਹਾਂ ਹੌਲੀ ਹੌਲੀ ਵਾਰੀ ਸਭ ਦੀ ਆਉਣੀ ਹੈ। ਜਿਹੜੇ ਕਹਿੰਦੇ ਵੀ ਸਾਨੂੰ ਹੱਥ ਲਾ ਕੇ ਦਿਖਾਓ, ਉਹਨਾਂ ਨੂੰ ਹੱਥ ਵੀ ਪੈਣਗੇ ਤੇ ਉਹਨਾਂ ਨੂੰ ਲੱਤਾਂ ਵੀ ਪੈਣੀਆਂ ਤੇ ਡਾਂਗਾਂ ਵੀ ਪੈਣੀਆਂ, ਸਾਰਾ ਕੁਝ ਹੀ ਆਊਗਾ ਹੌਲੀ ਹੌਲੀ, ਬਸ ਵੇਟ ਐਂਡ ਵਾਚ। ਅੱਛਾ, ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਵੀ ਜਿਵੇਂ ਹੁਣ ਕਾਂਗਰਸੀਆਂ ਦਾ ਕੰਮ ਸ਼ੁਰੂ ਹੋ ਚੁੱਕਿਆ, ਹਨਾ, ਤੇ ਰੌਲਾ ਇਹ ਹੁਣ ਥੋੜੇ ਕੁ ਦਿਨਾਂ ਤੱਕ ਅਕਾਲੀ ਵੀ ਪਾਉਣਾ ਸ਼ੁਰੂ ਕਰਨਗੇ, ਜਾ ਕੇ ਵਿਜੀਲੈਂਸ ਦੇ ਦਫ਼ਤਰ ਮੂਹਰੇ ਧਰਨੇ ਲਾਉਣਗੇ, ਕਿਉਂਕਿ ਇਹਨਾਂ ਨੇ ਹੁਣ ਤੱਕ ਕੀਤਾ ਕੀ ਹੈ, ਇਹੋ ਜਿਹਾ ਕੁਛ ਕੀਤਾ, ਧਰਨੇ ਲਾ ਲਏ, ਧਰਨੇ ਲਵਾ ਤੇ, ਧਰਨੇ ਚੁਕਾ ਤੇ, ਡਾਂਗੋ ਸੁੱਟੀ ਕਰਾਤਾ, ਮੁਲਾਜ਼ਮਾਂ ਦੇ ਉੱਤੇ ਬਿਸ਼ਾਰਾਂ ਪਵਾਤੀਆਂ, ਉਹਨਾਂ ਨੂੰ ਕਟਾਤਾ, ਬਸ ਇਹੋ ਜਿਹਾ ਕੁਛ ਹੀ ਕੀਤਾ ਉਹਨਾਂ ਨੇ, ਹੋਰ ਕੀਤਾ ਕੀ ਇਹਨਾਂ ਨੇ ਕੁਛ। ਤੇ ਫਿਰ ਇਹ ਇਹਨਾਂ ਚੀਜ਼ਾਂ ਦੇ ਵਿੱਚ ਮਾਹਰ ਨੇ, ਮਾਸਟਰ ਨੇ। ਅੱਛਾ, ਫਿਰ ਉਦੋਂ ਬਾਅਦ ਵਿਜੀਲੈਂਸ ਦੇ ਦਫ਼ਤਰਾਂ ਮੂਹਰੇ ਧਰਨੇ,
ਤੇ ਜਿਹੜੀ ਮੌਜੂਦਾ ਸਰਕਾਰ ਆ ਉਹਨਾਂ ਨੂੰ ਭੰਡਣਾ ਵੀ ਬਦਲਾਖੋਰੀ ਦੀ ਰਾਜਨੀਤੀ ਚੱਲ ਰਹੀ ਆ। ਪਰ ਗੱਲ ਹੁਣ ਇੱਥੇ ਆਉਂਦੀ ਹੈ ਵੀ ਆਪਾਂ ਕਈ ਵਾਰੀ ਝੂਠੇ ਬੰਦਿਆਂ ਦੇ ਮਗਰ ਲੱਗ ਕੇ ਧਰਨੇ ਮੁਜ਼ਾਹਰੇ ਲਾਉਣ ਤੋਂ ਪੈਂਦੇ ਆ। ਪਤਾ ਆਪਾਂ ਨੂੰ ਵੀ ਹੈ ਵੀ ਕਿਹੜਾ ਸੱਚਾ ਤੇ ਕਿਹੜਾ ਝੂਠਾ ਹੈ, ਪਰ ਆਪਾਂ ਆਪਦੀ ਜ਼ਮੀਰਬੰਦੀ ਤਾਂ ਝਾਕੀਏ। ਆਪਾਂ ਆਪਣੇ ਆਪ ਨੂੰ ਪੰਜਾਬੀ ਕਹਿੰਦੇ ਆ, ਆਪਾਂ ਕਹਿੰਦੇ ਆ ਵੀ ਆਪਾਂ ਜ਼ੁਲਮ ਦੇ ਖਿਲਾਫ ਆਵਾਜ਼ ਉਠਾਉਂਦੇ ਆ, ਜਿਹੜਾ ਜ਼ੁਲਮ ਕਰਦਾ ਹੈ ਉਹਨੂੰ ਆਪਾਂ ਬਖਸ਼ਦੇ ਨਹੀਂ, ਹਨਾ, ਉਹਦਾ ਅਤਿਆਚਾਰ ਨਾ ਸਹਿੰਦੇ ਆ ਤੇ ਨਾ ਕਰਦੇ ਆ। ਪਰ ਕਈ ਆਪਣੇ ਚੋਂ ਵੀ ਹੈਗੇ ਆ ਜਿਹੜੇ ਗਲਤ ਦੇ ਨਾਲ ਖੜੇ ਆ, ਜਿਹੜੇ ਗਲਤ ਦਾ ਸਾਥ ਦਿੰਦੇ ਆ। ਤੁਸੀਂ ਪਿੱਛੇ ਜੇ ਦੇਖਿਆ ਹੋਣਾ ਜਦੋਂ ਕਿਸੇ ਬੰਦੇ ਨੂੰ ਆਪਣੀ ਨੌਕਰੀ ਤੋਂ ਕੱਢਿਆ ਸੀਗਾ, ਹੁਣ ਮੈਨੂੰ ਦੱਸਣ ਦੀ ਲੋੜ ਨਹੀਂ, ਕਿ ਉਹਦੇ ਨਾਲ ਖੜ ਕੇ ਜਾ ਕੇ ਕਹਿੰਦੇ ਵੀ ਇਹ ਬੰਦਾ ਸਹੀ ਹੈ, ਗਲਤ ਨੂੰ ਸਹੀ ਕਹਿਣ ਲੱਗ ਗਏ। ਤੇ ਗਲਤ ਨੂੰ ਗਲਤ ਕਹਿਣਾ ਬਹੁਤ ਔਖਾ ਹੁੰਦਾ ਹੈ ਤੇ ਸਹੀ ਨੂੰ ਸਹੀ ਕਹਿਣਾ ਵੀ ਬਹੁਤ ਔਖਾ ਹੁੰਦਾ ਹੈ। ਅੱਛਾ ਹੁਣ ਇੱਕ ਅੱਜ ਕੱਲ੍ਹ ਇੱਕ ਨਵਾਂ ਟ੍ਰੈਂਡ ਚੱਲ ਗਿਆ, ਸਰਕਾਰੀ ਮੁਲਾਜ਼ਮ ਜਿਹੜੇ ਹੈਗੇ ਆ ਉਹ ਬਾਹਰ ਦੀ PR ਲੈਣ ਦੇ ਚੱਕਰ 'ਚ ਫਿਰਦੇ ਆ, ਕਿਉਂਕਿ ਹੁਣ ਜਿਹੜਾ ਹੈਗਾ ਪਾਰਦਰਸ਼ਤਾ ਜ਼ਿਆਦਾ ਆ ਰਹੀ ਹੈ, ਵਿਜੀਲੈਂਸ ਦੇ ਛਾਪੇ ਜ਼ਿਆਦਾ ਵੱਜ ਰਹੇ, ਤੇ ਜਿਹੜੇ ਇਮਾਨਦਾਰੀ ਨਾਲ ਨੌਕਰੀ ਨਹੀਂ ਕਰ ਸਕਦੇ ਉਹ ਹੁਣ ਬਾਹਰ ਨੂੰ ਹੀ ਭੱਜਣਗੇ। ਪਹਿਲਾਂ ਕਹਿੰਦੇ ਸੀ ਨਾ ਵੀ ਘਰੇ ਜਦੋਂ ਸਖਤੀ ਹੋ ਜਾਂਦੀ ਤਾਂ ਬੰਦਾ ਬਾਹਰ ਘਰ ਛੱਡ ਕੇ ਭੱਜ ਜਾਂਦਾ, ਇਹ ਹੁਣ ਘਰ ਛੱਡ ਕੇ ਭੱਜਣ ਵਾਲਾ ਹੀ ਕੰਮ ਹੈਗਾ। ਕੋਈ ਕੈਨੇਡਾ ਦੀ PR ਦੇ ਵਾਸਤੇ ਅਪਲਾਈ ਕਰੀ ਬੈਠਾ, ਕੋਈ ਅਮਰੀਕਾ ਦੀ, ਕੋਈ UK ਦੀ, ਅੱਛਾ ਇੱਥੋਂ ਤੱਕ ਕਿ ਸਾਈਪ੍ਰਸ ਦੀ ਵੀ PR ਲੈਣ ਵਾਸਤੇ ਲੋਕ ਤਿਆਰ ਹੋਏ ਬੈਠੇ ਆ ਵੀ ਬਸ ਇੰਡੀਆ 'ਚੋਂ ਨਿਕਲੀਏ ਕਿਸੇ ਨਾ ਕਿਸੇ ਤਰ੍ਹਾਂ, ਇਹਨਾਂ ਦੇ ਹੱਥੇ ਨਾ ਆ ਜਾਈਏ। ਆ ਨਾਲੇ ਆਪਣੇ ਵੈਭਵ ਭਾਜੀ ਜਿਹੜੇ BCB ਦੇ ਭਾਜੀ ਚਾਹੁੰਦੇ ਆ, ਉਹ ਵੀ ਅੱਜ ਬਾਹਰ ਹੀ ਆ, ਮੈਨੂੰ ਲੱਗਦਾ ਉਹ ਵੀ ਨਵੀਆਂ ਐਨਕਾਂ ਹੀ ਲੈਣ ਗਏ ਆ ਮਿਸਟਰ ਇੰਡੀਆ ਵਾਲੀਆਂ, ਤੇ ਉਹ ਰਾਤ ਉਹਨਾਂ ਨੇ ਡਿਸਕਸ ਕਰ ਰਹੇ ਸੀ, ਉਹਨਾਂ ਨੇ ਮੈਨੂੰ ਦੱਸਿਆ ਬੜਾ ਕੁਝ ਤਾਂ ਮੈਨੂੰ ਯਾਦ ਨਹੀਂ ਜਾ, ਉਹਨਾਂ ਨੇ ਇੱਕ ਮੈਨੂੰ ਸ਼ੇਅਰ ਸੁਣਾਇਆ, ਕਦੇ ਕਦੇ ਲਿਖ ਵੀ ਲੈਂਦੇ ਆ ਉਹ ਸ਼ੇਅਰ, ਮੈਂ ਤੁਹਾਡੀ ਨਜ਼ਰ ਕਰਦਾ। ਉਹ ਕਹਿੰਦੇ ਵੀ ਮਤਲਬ ਡਰ ਕਾਹਦਾ ਹੈ ਜੇ ਤੁਸੀਂ ਚੋਰ ਨਹੀਂ, ਨਾ ਚੋਰ ਨਾ ਚੋਰ ਦੇ ਭਾਈ, ਨਾ ਚੋਰ ਨਾ ਚੋਰ ਦੇ ਭਾਈ, ਨਾ ਹੀ ਕਿਸੇ ਚੋਰ ਦੇ ਜਵਾਈ, ਨਾ ਚੋਰ ਨਾ ਚੋਰ ਦੇ ਭਾਈ, ਨਾ ਹੀ ਕਿਸੇ ਚੋਰ ਦੇ ਜਵਾਈ, ਫਿਰ ਇਹ ਡਰ ਕਿਉਂ ਜਾਂਦਾ ਤੁਹਾਨੂੰ ਸਤਾਈ, ਕਿ ਅਗਲੀ ਮੇਰੀ ਵੀ ਵਾਰੀ ਆਈ, ਮੇਰੀ ਵੀ ਵਾਰੀ ਆਈ। ਠੀਕ ਹੈ ਦੋਸਤੋ, ਅੱਜ ਵਾਸਤੇ ਇੰਨਾ ਹੀ, ਕੱਲ ਫੇਰ ਮਿਲਾਂਗੇ ਇੱਕ ਨਵੇਂ ਮੁੱਦੇ ਦੇ ਨਾਲ। ਇਹ ਐਪੀਸੋਡ ਤੁਹਾਨੂੰ ਕਿੱਦਾਂ ਦਾ ਲੱਗਿਆ ਸਾਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ਕੱਲ ਫੇਰ ਮਿਲਦੇ ਹਾਂ ਇੱਕ ਨਵੇਂ ਮੁੱਦੇ ਨਾਲ, ਉਦੋਂ ਤੱਕ ਸ਼ੁਭ ਖਿਆਲ।